थैंक यू जी। हूँ मैं सब तो पहला तो सब तो शुक्रिया करता खास करके प्रिंसिपल साहब जो कि ऑर्थोडोंटिस्ट भी हैं। ऑर्थोडोंटिक साड़ी वो ब्रांच हैगी जी कि मोस्ट हाई एंड ब्रांच मॉडर्न जमाने बनी जाती है क्योंकि बच्चे जोड़े ने दंद सीधे करवाते हैं। सो ऑर्थोडोंटिक फील्ड जो है वेरी वैल अस्टैबलिश्ड फील्ड है, स्पैशलिटी लोगों को पता हैगी है। इस कॉलेज के प्रिंसिपल साहब ने उन्होंने डिपार्टमेंट भी आप देख के आए हैं, बाकी सारे डिपार्टमेंट डॉक्टर साहब का डिपार्टमेंट ओरल मैगजिलोफेलिस्ट सर्जरी वो इतों अबाउट एक किलोमीटर की दूरी से अज आप नहीं देख सकेंगे। मैडिकल सुपरटेंडेंट साहब ने डॉक्टर साहब इन्होंने अपने विदेश के जोड़े एक्सपीरियंस है ये उत्तर बहुत भी कम करके आए थे, उन्होंने इतने बिल्कुल अपलाई किए हुए। आई कैन सी द वे द थिंग्स हैव बिन इंप्लीमेंटेड इन दिस कॉलेज। सो मैं सिर्फ एक कॉल ही की एक दोस्त के थ्रू और इन्ना मैंने उन्होंने टाइम दिता और सारे नाल मेरे जाके टूर लैके आए, मतलब आई वॉज नॉट आप पाकिस्तान के गुरुद्वारे मंदिर से तो यह टूर करते रहने पर डेंटल कॉलेज यह टूर करना मेरे लिए बहुत ही इमोशनल भी सी और बहुत ही नॉलेजेबल सी क्योंकि मैं हूँ मेरा शायद जो मैं अगली बार आवा कुछ काम करा कुछ कुछ ना कुछ मतलब मेरा जी करता कि कुछ अपने फील्ड के भी नाल मैं यू वांट टू डिलीवर टू एग्जैक्टली द पीपल ऑफ एक्चुअली जी मेरी एजुकेशन जी मेरी जिद पिछे मेरी बैकग्राउंड है मेरी डिग्री तो यही है ना किताब तो मैं हिस्टरी की लिखी है शौक के वजों पर इतने मैं आई हैव सम बैकिंग ऑफ माई एकेडमिक लैंग्वेज। सो ऑल दैट आई वॉन्ट टू से इज टू द जनरल पीपल जे सारे कई बार आप जिन्हें डेंटल कॉलेज के प्रोफेसर जिन्हें भी गवर्नमेंट इंस्टीट्यूट के प्रोफेसर होंगे है दे एक्चुअली सर्व द जनरल पब्लिक, मतलब वी कांट जस्ट सी दैम पी ओ तनखाह लेंदे इदा करते पर जिहड़े अज मैं देख के आया जिहड़े लोगों को असी उत्थे चीज़ चाह के भी अफोर्डेबल नहीं कर सकते इन्हां दी मैं कॉस्ट देख के अज हैरान ही रह गया और मैं दोबारा शायद उन्हें डॉलर कैलकुलेट जाके करूँगा घर जाके तुहाडी वीडियो देख के कि हाउ इज़ इट ईवन पॉसीबल इन द वर्ल्ड। तुसीं ओह क्राउन ईवन ब्रेसिस दा मैं देख के आया अक्सर बच्चे जिहड़े ब्रेसिस लाउंदे ने ना ओह ब्रेसिस जिहड़े हैगे ना बच्चे ਵਿਆਹ ਦੀ ਏਜ ਆਈ ਹੁੰਦੀ ਹੈ ਕਈ ਵਾਰੀ ਲੜਕੀ ਦੇ ਪੇਰੈਂਟਸ ਨੂੰ ਕੁੜੀ ਦੇ ਦੰਦ ਵਿੰਗੇ ਸਦੇ ਆ ਬੱਚਾ ਵਿਆਹ ਦੀ ਪ੍ਰੋਬਲਮ ਆਉਂਦੀ ਹੈ ਔਰ ਉਸ ਵੇਲੇ ਵਿਆਹ ਦੇ ਖਰਚਾ ਕਿੰਨਾ ਹੁੰਦਾ ਔਰ ਇੱਥੇ ਉਹ ਇੰਨੇ ਵਧੀਆ ਕੋਸਟ ਇਫੈਕਟਿਵ ਤਰੀਕੇ ਨਾਲ ਕਰ ਰਹੇ ਆ ਔਰ ਇੰਨੀ ਟੋਪ ਆਫ ਦੀ ਆਰਟ ਉੱਥੇ ਮੈਂ ਦੇਖਿਆ ਸਟੇਟ ਆਫ ਦੀ ਆਰਟ ਜਿਹੜੀ ਹੈਗੀ ਉੱਥੇ ਉਹਨਾਂ ਦੀ ਟੈਕਨੋਲੋਜੀ ਹੈਗੀ ਹੈ ਔਰ ਜਿਹੜੀ ਬ੍ਰੈਕਟਸ ਹੈਗੀਆਂ ਕੋਈ ਫਰਕ ਨਹੀਂ ਹੈ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ ਉਹੀ ਯੂਜ਼ ਕਰ ਰਹੇ ਆ ਔਰ ਉਹੀ ਸਕਿੱਲ ਮਤਲਬ ਉਹੀ ਸਟੈਂਡਰਡ ਜਿਹੜੇ ਸਾਡੇ ਸਟਰਲਾਈਜੇਸ਼ਨ ਦੇ ਹੈਗੇ ਆ ਇੱਥੇ ਹੈਗੇ ਆ ਔਰ ਇੰਨੀ ਭੀੜ ਦੇ ਬਾਵਜੂਦ ਜਿੰਨੇ ਇੱਥੇ ਪੇਸ਼ੈਂਟਸ ਦਾ ਨੰਬਰ ਪਿੱਛੇ ਤੁਹਾਡੇ ਕੰਧ 'ਤੇ ਲਿਖਿਆ ਹੋਇਆ ਅਸੀਂ ਤਾਂ ਉੱਥੇ ਕਈ ਵਾਰੀ ਸਾਲ 'ਚ ਇੰਨੇ ਪੇਸ਼ੈਂਟ ਦੇਖਦੇ ਹਾਂ ਜਿੰਨੇ ਇਹਨਾਂ ਨੇ ਇੱਥੇ ਕਿ ਨਹੀਂ ਦੇਖਣਾ। ਨਹੀਂ ਨਹੀਂ ਸਹੀ ਸਹੀ ਗੱਲ ਹੈ ਉੱਥੇ ਇਹ ਨਾ ਸਾਡਾ ਉਹ ਪ੍ਰਾਈਵੇਟ ਸਿਸਟਮ ਹੋਰ ਹੁੰਦਾ ਤੁਹਾਨੂੰ ਪਤਾ ਪ੍ਰਾਈਵੇਟ ਕਲੀਨਿਕ ਤੁਹਾਡੇ ਵੀ ਸਭ ਦੇ ਮਤਲਬ ਪ੍ਰਾਈਵੇਟ ਇਜ਼ ਡਿਫਰੈਂਟ ਸੈਟਿੰਗ। ਸੋ ਇੰਨੇ ਲੋਕਾਂ ਨੂੰ ਡੀਲ ਕਰਨਾ ਇੰਨਾ ਪੇਸ਼ੈਂਟ ਲਈ ਔਰ ਮੈਂ ਕੈਮਰੇ ਤੋਂ ਬਿਨਾਂ ਵੀ ਦੋ ਚਾਰ ਕਮਰੇ 'ਚ ਗੇੜੀ ਲੈ ਕੇ ਆਇਆ ਮੈਨੂੰ ਹੁੰਦਾ ਕਿ ਕੈਮਰੇ ਨਾਲ ਹੋਰ ਗੱਲ ਹੁੰਦੀ ਮੈਂ ਦੇਖ ਕੇ ਆਇਆ ਵੀ ਕਿੱਦਾਂ ਸਟਾਫ ਪੇਸ਼ੈਂਟ ਨਾਲ ਕਸਟਮਰ ਸਰਵਿਸ ਕਿੱਦਾਂ ਡੀਲ ਕਰ ਰਿਹਾ। ਡਾਕਟਰ ਸਾਹਿਬ ਗੱਲ ਹੈ ਵੀ ਕਿ ਅਸੀਂ ਕੋਈ ਪ੍ਰੀ ਪਲਾਨ ਵਿਜ਼ਿਟ ਸਾਡੇ ਨੂੰ ਅਸੀਂ ਜਿਹੜੇ ਡਿਪਾਰਟਮੈਂਟ 'ਚ ਦਿਲ ਕਰ ਰਿਹਾ ਬੂਹਾ ਖੋਲਦੇ ਅੰਦਰ ਵੜਦੇ ਜਾ ਰਹੇ ਹਾਂ ਇਹ ਤਾਂ ਇੱਦਾਂ ਹੀ ਆ ਜਿੱਦਾਂ ਛਾਪਾ ਮਾਰ ਟੀਮਾਂ ਕਿਸੇ ਕੈਮਰੇ ਨੂੰ ਲੈ ਕੇ ਵੜ ਜਾਂਦੇ। ਮੇਰਾ ਮਤਲਬ ਸੀ ਕਿ ਜਿਹੜਾ ਆਮ ਸਾਰੇ ਸਟਾਫ ਵੀ ਨਾ ਸਿਕਿਉਰਿਟੀ ਤੋਂ ਲੈ ਕੇ ਬਾਹਰ ਖੜੇ ਹੋਏ ਸੀ ਜਿੰਨਾ ਬਾਕੀ ਸਟਾਫ ਮੈਂਬਰ ਵੀ ਨੇ ਜਿਹੜੇ ਡੈਂਟਿਸਟ ਨੇ ਉਹ ਵੀ ਮਰੀਜ਼ਾਂ ਨਾਲ ਬਹੁਤ ਕਿਉਂਕਿ ਨਾ ਮਰੀਜ਼ ਆਲਰੇਡੀ ਦੁਖੀ ਹੈ ਡੈਂਟਲ ਮਰੀਜ਼ ਜਿਹੜਾ ਹੈ ਉਹ ਤੋਂ ਵੈਸੇ ਨਹੀਂ ਬੋਲ ਲੈਂਦਾ ਦੰਦ ਦੁਖਦਾ ਉਹ ਉਹਨਾਂ ਨੂੰ ਆ ਕੇ ਜਿੰਨਾ ਤੁਸੀਂ ਸਤਿਕਾਰ ਨਾਲ ਗੱਲ ਕਰੋਗੇ ਅੱਧਾ ਮਰੀਜ਼ ਤਾਂ ਉਹਨਾਂ ਲਈ ਠੀਕ ਹੋ ਜਾਂਦਾ ਵੀ ਯਾਰ ਜਦੋਂ ਤੁਹਾਨੂੰ ਕਿਸੇ ਨੇ ਪਿਆਰ ਨਾਲ ਮਿਲਿਆ ਤਾਂ ਥੋੜ੍ਹੀ ਜਿਹੀ ਹੁਣ ਕਿਉਂਕਿ ਇੱਦਾਂ ਦੀ ਜਗ੍ਹਾ 'ਤੇ ਵੇਟ ਕਰਨੀ ਪੈਂਦੀ ਹੈ ਦੋ ਘੰਟੇ ਇੱਕ ਘੰਟਾ ਪੇਸ਼ੈਂਟ ਨੂੰ ਉਹ ਪਿਆਰ ਨਾਲ ਜੇ ਕਿਹਾ ਉਹ ਮੈਂ ਨੋਟ ਕਰਿਆ ਸੀ ਬਹੁਤ ਪਿਆਰ ਨਾਲ ਲੋਕਾਂ ਨੂੰ ਟਿਕਾ ਕੇ ਇਟਸ ਗੋਇੰਗ ਅਮੇਜ਼ਿੰਗ ਇਟਸ ਸਮਥਿੰਗ ਦੈਟ ਆਈ ਵਾਂਟ ਟੂ ਲਰਨ ਮਾਈਸੈਲਫ ਟੂ ਹਾਊ ਟੂ ਮੈਨੇਜ ਦਿਸ ਮੱਚ ਆਫ ਪੇਸ਼ੈਂਟ ਲੋਡ ਇਨ ਦੈਟ ਪਰਟੀਕੁਲਰ ਗਿਵਨ ਟਾਈਮ ਐਂਡ ਸੈਟਿੰਗ ਦੈਟ ਇਜ਼ ਅਮੇਜ਼ਿੰਗ ਕਿੱਦਾਂ ਇਹਨਾਂ ਨੇ ਵਧੀਆ ਕੀਤਾ। ਤੁਸੀਂ ਸਾਨੂੰ ਇੱਕ ਤਾਂ ਇਹ ਦੱਸੋ ਕਿ ਕਦੋਂ ਕਦੋਂ ਆਓਗੇ ਕਦੋਂ ਕਦੋਂ ਹੁਣ ਮੇਰੇ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਸੀ ਉਹ ਮੇਰਾ ਲੈਵਲ ਸੀਗਾ ਕਿ ਮੈਂ ਇਕੱਠਾ ਕਰਾਂ ਜੀ ਉਹ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਕਿ ਬਈ ਮੈਨੂੰ ਨਜ਼ਰ ਆ ਰਿਹਾ ਕਿ ਬਈ ਮੈਂ ਕਾਮਯਾਬ ਹੋਇਆ। ਚਲੋ ਇੱਕ ਹੀ ਡਾਕਟਰ ਸਹੀ ਵਿਦੇਸ਼ ਤੋਂ ਆ ਕੇ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਇੰਟਰਸਟ ਲਿਆ ਔਰ ਖੁਦ ਕਿਹਾ ਕਿ ਆਈ ਵਾਂਟ ਟੂ ਸਰਵ ਮੈਂ ਜਦੋਂ ਵੀ ਆਵਾਂ ਮੈਂ ਕੁਛ ਨਾ ਕੁਛ ਸਰਵਿਸਿਜ਼ ਦੇਣਾ ਚਾਹਾਂਗਾ ਅਤੇ ਤੁਹਾਡਾ ਬਹੁਤ ਹੀ ਸ਼ੁਕਰੀਆ ਡਾਕਟਰ ਪੰਨੂ ਤੁਸੀਂ ਇੱਕ ਤਾਂ ਵਿਜ਼ਿਟ ਕਰਨ ਦਾ ਔਰ ਦੂਸਰਾ ਹੈ ਕਿ ਲੋਕਾਂ ਨੂੰ ਗਾਈਡਲਾਈਨ ਦੇਣ ਦਾ। ਅਸੀਂ ਪ੍ਰੋਫੈਸਰ ਸਾਹਿਬ ਕੋਲੋਂ ਕੋਈ ਕੁਐਸਚਨ ਹੈ ਕਿ ਇਹ ਪ੍ਰੋਗਰਾਮ ਜਿੰਨੇ ਵੀ ਨੇ ਸਭ ਤੋਂ ਜ਼ਿਆਦਾ ਕੋਈ 18 ਸਾਲ ਦੀ ਉਮਰ ਤੋਂ ਲੈ ਕੇ 34 ਸਾਲ ਦੇ ਲੋਕ ਜਿਹੜੇ ਨੇ ਮੇਰਾ ਪ੍ਰੋਗਰਾਮ ਜ਼ਿਆਦਾ ਦੇਖਦੇ ਨੇ ਵਰਲਡਵਾਈਡ 150 ਕੰਟਰੀਜ਼ ਦੇ ਵਿੱਚ ਪੰਜਾਬੀ ਕਮਿਊਨਿਟੀ ਮੇਰਾ ਪ੍ਰੋਗਰਾਮ ਦੇਖਦੀ ਹੈ ਹਿਸਟੋਰੀਕਲ ਹਵਾਲੇ ਨਾਲ ਔਰ 11 ਕਰੋੜ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਡਿਫਰੈਂਟ ਮੀਡੀਆਜ਼ ਦੇ ਰਾਹੀਂ ਅਤੇ ਮੈਂ ਇਹ ਕਹਾਂਗਾ ਕਿ ਤੁਸੀਂ ਪਹਿਲੇ ਬੱਚਿਆਂ ਨੂੰ ਇਹ ਗਾਈਡ ਕਰੋ ਕਿ ਆਪਣੀ ਬੇਸ ਕਿਸ ਤਰ੍ਹਾਂ ਹੁਣ ਲੋਕਾਂ 'ਚ ਕਰੇਜ਼ ਵੱਧ ਜਾਣਾ ਕਿ ਅਸੀਂ ਹੁਣ ਡੈਂਟਲ ਡਾਕਟਰ ਹੀ ਬਣਨਾ ਕੋਈ ਹਿਸਟਰੀ ਸੁਣਦਾ ਉਹ ਫੋਰਨ ਹਿਸਟੋਰੀਅਨ ਦਾ ਸੋਚਣਾ ਸ਼ੁਰੂ ਕਰਦਾ ਅਤੇ ਤੁਸੀਂ ਬੱਚਿਆਂ ਨੂੰ ਅਸੀਂ ਅਸਲ ਦੇ ਵਿੱਚ ਹੁਣ ਮੇਰੇ ਬੱਚੇ ਵੀ ਗਰੋਨ ਅਪ ਹੈ ਮੈਟ੍ਰਿਕੁਲੇਸ਼ਨ ਹੈ ਲੇਕਿਨ ਸਾਡੇ ਕੋਲ ਬਿਲਕੁਲ ਵੀ ਗਾਈਡਲਾਈਨ ਨਹੀਂ ਹੈ
ਬੱਚੀ ਕੱਲ੍ਹ ਕੀ ਕਹਿ ਰਹੀ ਸੀ ਮੈਂ ਡਾਕਟਰ ਬਣਨਾ ਬਟ ਆਈ ਐਮ ਨੋਟ ਡਾਕਟਰ ਮੈਂ ਆਪਣੀ ਬੇਟੀ ਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਉਹ ਦੱਸੋ ਚੀਜ਼ ਜਿਹਦੇ ਨਾਲ ਬੱਚੇ ਆਪਣੇ ਆਪ ਨੂੰ ਮੈਟਰਕੁਲੇਸ਼ਨ ਤੋਂ ਹੀ ਤਿਆਰ ਕਰਨਾ ਸ਼ੁਰੂ ਕਰ ਦੇਣ ਔਰ ਫਿਰ ਉਹ ਡੈਂਟਿਸਟ ਵੀ ਆਈਏ ਸਾਡੇ ਕੋਲ ਲਾਹੌਰ ਦੇ ਵਿੱਚ ਤਾਂ ਬਹੁਤ ਘੱਟ ਡੈਂਟਲ ਡਾਕਟਰ ਨੇ ਜਿਹੜੇ ਕਿ ਖਾਸ ਕਰਕੇ ਵੱਡੇ ਡਾਕਟਰ ਜਿਹੜੇ ਨੇ ਉਹ ਘੱਟ ਨੇ ਲੇਕਿਨ ਤੁਹਾਡਾ ਮਿਆਰ ਇੱਥੇ ਇੰਨਾ ਅੱਛਾ ਮੈਂ ਵੀ ਸਮਝਦਾ ਵਾਂ ਕਿਉਂਕਿ ਮੈਂ ਖੁਦ ਲਾਹੌਰ ਦਾ ਵਾਂ ਕਹਾਂਗਾ ਕਿ ਟਾਈਮ ਥੋੜ੍ਹਾ ਫਿਰ ਜਿਸ ਤਰ੍ਹਾਂ ਹੁਣ ਦੱਸ ਰਹੇ ਨੇ ਕਿ ਇੰਨੇ ਤਾਂ ਅਸੀਂ ਇੱਕ ਸਾਲ 'ਚ ਤਾਂ ਤੁਸੀਂ ਇੱਕ ਦਿਨ 'ਚ ਡੀਲ ਕਰਦੇ ਹੋ ਉਦੋਂ ਹੀ ਤਾਂ ਬੰਦਾ ਉੱਦਾਂ ਹੀ ਅੱਧਾ ਪਾਗਲ ਹੋ ਜਾਂਦਾ ਲੇਕਿਨ ਫਿਰ ਵੀ ਤੁਸੀਂ ਇੱਕ ਤੁਹਾਡੀ ਸਰਵਿਸਿਸ ਆਰ ਵੈਰੀ ਗ੍ਰੇਟ ਕਿ ਜਿਹਨੂੰ ਪੀੜ ਹੁੰਦੀ ਹੈ ਉਹ ਕਹਿੰਦਾ ਸਾਰਿਆਂ ਨਾਲ ਪਹਿਲੇ ਮੈਨੂੰ ਦੇਖ ਲਓ ਨਹੀਂ ਨਹੀਂ ਇਹ ਜਿਹੜਾ ਕਾਲਜ ਹੈ ਇਹਦੀ ਬਹੁਤ ਹੈਰੀਟੇਜ ਹੈ ਔਰ ਪਾਰਟੀਸ਼ਨ ਤੋਂ ਵੀ ਪਹਿਲੇ ਦਾ ਕਾਲਜ ਹੈ ਔਰ ਇਹਦੇ 'ਚ ਬਹੁਤ ਲੋਕਾਂ ਨੇ ਮਿਹਨਤ ਕੀਤੀ ਔਰ ਇਹਨੂੰ ਕਿਸੇ ਸਟੈਂਡਰਡ ਤੱਕ ਲੈ ਕੇ ਗਏ ਨੇ ਔਰ ਇੱਥੇ ਇੱਕ ਟੀਮ ਵਰਕ ਹੈ ਬੇਸਿਕਲੀ ਸਾਰੇ ਮੇਰੇ ਪ੍ਰੋਫੈਸਰ ਜਿਹੜੇ ਨੇ ਉਹ ਬਹੁਤ ਮਿਹਨਤ ਨਾਲ ਕੰਮ ਕਰਦੇ ਨੇ ਔਰ ਦਿਲ ਨਾਲ ਕੰਮ ਕਰਦੇ ਨੇ ਰੋਜ਼ੀ ਰੋਟੀ ਵੀ ਕਮਾਉਂਦੇ ਨੇ ਖੁਦ ਸ਼ਾਮ ਨੂੰ ਮਿਹਨਤ ਕਰਦੇ ਨੇ ਲੇਕਿਨ ਇੱਥੇ ਜਿਹੜੇ ਗਰੀਬ ਮਰੀਜ਼ ਦਾ ਇਲਾਜ ਹੈ ਨਾ ਮੈਂ ਅਮਰੀਕਾ 'ਚ ਵੀ ਗਿਆ ਇੱਕ ਦੋ ਦਫ਼ਾ ਔਰ ਉੱਥੇ ਮੈਂ ਜਿਹੜੇ ਆਰਥੋਡੋਂਟਿਸਟ ਲੋਕਾਂ ਨੂੰ ਦੱਸਿਆ ਕਿ ਅਸੀਂ ਆਰਥੋਡੋਂਟਿਕ ਟ੍ਰੀਟਮੈਂਟ ਫਰੀ ਕਹਿੰਦੇ ਉਹਨਾਂ ਨੂੰ ਯਕੀਨ ਹੀ ਨਹੀਂ ਆਉਂਦਾ ਉਹ ਕਹਿੰਦੇ ਕਿ ਜੀ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਤੁਸੀਂ ਆਰਥੋਡੋਂਟਿਕ ਟ੍ਰੀਟਮੈਂਟ ਬਿਲਕੁਲ ਫਰੀ ਕਰਦੇ ਹੋ ਔਰ ਮਟੀਰੀਅਲ ਵੀ ਖੁਦ ਦਿੰਦੇ ਹੋ ਔਰ ਉਹ ਰਿਕਾਰਡ 'ਤੇ ਹੈ ਮੇਰਾ ਖਿਆਲ ਔਰ ਮੇਰੇ ਇੱਕ ਦੋਸਤ ਨੇ ਇੱਕ ਦਫ਼ਾ ਉੱਥੋਂ ਮਟੀਰੀਅਲ ਭਿਜਵਾਇਆ ਉਹਨੇ ਕ੍ਰਾਈਟੀਰੀਆ ਦੱਸਿਆ ਕਿ ਜੀ ਇੱਕ ਬੱਚੀ ਹੋਵੇ 18 ਸਾਲ ਦੀ ਹੋਵੇ ਉਹਦੀ ਸ਼ਾਦੀ ਹੋਣ ਵਾਲੀ ਹੋਵੇ ਅਫੋਰਡ ਨਾ ਕਰਦੀ ਹੋਵੇ ਮੇਰੀ ਜਿਹੜੀ ਲੇਟੈਸਟ ਬ੍ਰੈਕਟ ਜਾਂ ਸੈਲਫ ਲਾਈਗੇਟਿੰਗ ਬ੍ਰੈਕਟ ਵਗੈਰਾ ਤੁਸੀਂ ਉਹਨਾਂ ਨੂੰ ਦੇਣੀ ਹੈ ਅਤੇ ਡੈਂਟਿਸਟੀ ਦਾ ਕਾਫੀ ਸਕੋਪ ਹੈ ਬੱਚਿਆਂ ਲਈ ਔਰ ਸਪੈਸ਼ਲੀ ਬੇਟੀਆਂ 'ਚ ਸਾਡੇ ਕਲਚਰ 'ਚ ਉਹਨਾਂ ਨੂੰ ਜ਼ਿਆਦਾ ਅੱਛਾ ਸਮਝਿਆ ਜਾਂਦਾ ਕਿਉਂਕਿ ਫਿਰ ਨਾਈਟ ਡਿਊਟੀਜ਼ ਨਹੀਂ ਹੁੰਦੀਆਂ ਔਰ ਡੇ 'ਚ ਹੁੰਦਾ ਪ੍ਰੋਫੈਸ਼ਨਲੀ ਵੀ ਹੋ ਜਾਂਦੀਆਂ ਔਰ ਆਪਣਾ ਪ੍ਰੋਫੈਸ਼ਨ ਵੀ ਉਹ ਦੇਖ ਸਕਦੀਆਂ ਅੱਗੇ ਅਤੇ ਡੈਂਟਿਸਟੀ ਕਾਫੀ ਤੇਜ਼ੀ ਨਾਲ ਪ੍ਰੋਗਰੈਸ ਕਰ ਰਹੀ ਹੈ ਕਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਆਪਣੇ ਆਪ ਨੂੰ ਪ੍ਰਿਪੇਅਰ ਕਿਸ ਤਰ੍ਹਾਂ ਕੀਤਾ ਜਾਏ ਉਹਦੇ 'ਚ ਪ੍ਰੀ ਮੈਡੀਕਲ ਹਾਂ ਪ੍ਰੀ ਮੈਡੀਕਲ ਤੋਂ ਬਾਅਦ ਇੱਕ ਸਟੈਂਡਰਡ ਟੈਸਟ ਹੈ ਜਿਹੜਾ ਕਿ ਸਟੈਂਡਰਡਾਈਜ਼ਡ ਹੈ ਉਹ ਪੂਰੇ ਪੰਜਾਬ 'ਚੋਂ ਇੱਕੋ ਹੀ ਟੈਸਟ ਹੈ ਐਂਟਰੀ ਐਗਜ਼ਾਮ ਹੈ ਉਹਦਾ ਉਹਨੂੰ ਐਮਕੈਟ ਐਗਜ਼ਾਮ ਕਹਿੰਦੇ ਨੇ ਜਿਹੜਾ ਕਿ ਯੂਨੀਫਾਰਮ ਐਗਜ਼ਾਮ ਹੈ ਉਹਦੇ 'ਚ ਕੰਪੀਟ ਕਰਦੇ ਨੇ ਬੱਚੇ ਔਰ ਫਿਰ ਓਪਨ ਮੈਰਿਟ 'ਤੇ ਜਿਹੜਾ ਨਾ ਉਹ ਓਕੇ ਦੇਖੋ ਹੁਣ ਤੁਸੀਂ ਦੱਸਿਆ ਕਿ ਐਮਕੈਟ ਤੋਂ ਹੀ ਅੱਗੇ ਵੱਧ ਸਕਦੇ ਨੇ ਬੱਚੇ ਪਹਿਲੇ ਐਮਕੈਟ ਦੀ ਤਿਆਰੀ ਕਰਨ ਪਹਿਲੇ ਐਫਐਸਸੀ ਤੋਂ ਫੌਰਨ ਬਾਅਦ ਐਮਕੈਟ ਤਿਆਰੀ ਕਰਨ ਅਤੇ ਉਹਦੇ 'ਚ ਫਿਰ ਮੈਰਿਟ 'ਤੇ ਉਹਨਾਂ ਦਾ ਐਡਮਿਸ਼ਨ ਹੋ ਜਾਂਦਾ ਓਕੇ ਜੀ ਡਾਕਟਰ ਸਾਹਿਬ ਕੋਈ ਖਾਸ ਚੀਜ਼ ਐਸੀ ਜਿਹੜੀ ਕਿ ਜਿਸ ਤਰ੍ਹਾਂ ਕਿ ਅਸੀਂ ਇੱਥੇ ਆਏ ਅਤੇ ਪਤਾ ਚੱਲਿਆ ਐਡੇ ਐਡੇ ਵੱਡੇ ਸਕਲਸ ਦੇਖੇ ਜਾਨਵਰਾਂ ਦੇ ਦੇਖੇ ਐਡੇ ਐਡੇ ਵੱਡੇ ਦੰਦ ਮੈਂ ਲਾਈਫ 'ਚ ਨਹੀਂ ਦੇਖੇ ਸਾਰਾ ਅਸੀਂ ਉਹ ਦੇਖ ਕੇ ਆਏ ਸਾਨੂੰ ਬੜਾ ਵਧੀਆ ਲੱਗਾ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਐਡੇ ਐਡੇ ਵੱਡੇ ਦੰਦ ਮਿਊਜ਼ੀਅਮ ਓਰੀਜਨਲੀ ਮਿਊਜ਼ੀਅਮ ਮਤਲਬ ਕਿ ਫਸਟ ਟਾਈਮ ਦੇਖ ਰਹੇ ਅਸੀਂ ਇਸ ਜਗ੍ਹਾ ਦੇ ਉੱਤੇ ਮੈਂ ਮੇਰੇ ਪ੍ਰੋਫੈਸਰ ਨੇ ਮੈਗਜ਼ਿਲੋ ਫੇਸ਼ੀਅਲ ਦੇ ਹੈਡ ਨੇ ਸਾਡੇ ਮੇਜਰ ਸਰਜਨ ਨੇ ਇਹਨਾਂ ਕੋਲੋਂ ਥੋੜ੍ਹੀ ਇਨਫੋਰਮੇਸ਼ਨ ਇਹਨਾਂ ਨੇ ਅੱਜ ਸਾਨੂੰ ਪੂਰਾ ਧੰਨ ਧੰਨ ਪੂਰਾ ਕੀਤਾ ਜੀ ਅੱਜ ਸਹੀ ਅੱਜ ਹਾਂ ਜੀ ਬਿਲਕੁਲ ਕਿਉਂਕਿ ਇਹ ਸਾਰੇ ਸਟੂਡੈਂਟ ਨੇ ਇਹਨਾਂ ਨੂੰ ਜਿਹੜੀ ਡਿਪਾਰਟਮੈਂਟਸ ਮੈਂ ਸਮਝਦਾ ਸੀ ਕਿ ਇਸ ਸ਼ੋਰਟ ਟਾਈਮ ਦੇ ਵਿੱਚ ਹੋ ਸਕਦੀ ਹੈ ਵੀ ਹੈਵ ਅਦਰ ਡਿਪਾਰਟਮੈਂਟਸ ਸੁਣਦੀ ਆਉਂਦੇ ਨੇ ਅਮਰੀਕਾ ਨਹੀਂ ਜਾ ਸਕਦੇ ਕਿ ਇੰਨਾ ਹੀ ਕੰਮ ਤੇ ਠੀਕ ਹੈ ਜੀ ਜਾਣਦੇ ਹੋ ਰਹੇ ਨਾ ਔਰ ਨੰਦਾ ਜਿਹੜੇ ਨੇ ਸਾਡੇ ਦੋਸਤ ਨੇ ਉਹ ਆਏ ਨੇ ਉਹੀ ਮਾਸ਼ਾਅੱਲਾ 90 ਪਲੱਸ ਜੀ ਜਾਨ ਸੁਣਾ ਨਾਮ ਹੈ ਸਾਡੇ ਹਾਂ ਉਹਨਾਂ ਨੇ ਆ ਉਹਦੀ ਬੈਕਗ੍ਰਾਉਂਡ ਵੀ ਲਾਲਪੁਰ ਤੋਂ ਹੈਗੀ ਹੈ ਜਿਹੜੀ ਲਾਲਪੁਰ ਤੋਂ ਜਿਹੜੀ ਬੈਕ ਮੈਂ ਵੀ ਲਾਲਪੁਰ ਤੋਂ ਹੀ ਹਾਂ ਹਾਂਜੀ ਮੈਂ ਫੈਸਲਾਬਾਦ ਤੋਂ ਲਾਲਪੁਰ ਤੋਂ ਜੀ ਹਾਂਜੀ ਨੰਦਾ ਵੀ ਹੈ ਮੈਂ ਕਿਹਾ ਬਾਈ ਚਾਂਸ ਆਰਥੋਡੋਂਟਿਸਟ ਲਾਲਪੁਰ ਤੋਂ ਜੀ ਮੈਨੂੰ ਪਤਾ ਬਹੁਤ ਆਉਂਦੇ ਨੇ ਔਰ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਫੋਰਨ ਤੋਂ ਡੈਂਟਿਸਟ ਆਉਂਦੇ ਆ ਨਾ ਮਤਲਬ ਮੈਨੂੰ ਪਹਿਲਾਂ ਮੈਨੂੰ ਪਤਾ ਹੈ ਦੇਖ ਇੰਡੀਆ ਵੀ ਪਾਕਿਸਤਾਨ ਵੀ ਜਦੋਂ ਜਾਂਦੇ ਨਾ ਜੀ ਕਰਦਾ ਹੈ ਕਿ ਵੀ ਡੂ ਸਮਥਿੰਗ ਸੋ ਇਹ ਹੈ ਵੀ ਮਿਲਣ ਦੀ ਗੱਲ ਹੈ ਹੁਣ ਮੈਂ ਤੁਹਾਨੂੰ ਮਿਲਿਆ ਆ ਤਾਂ ਮੈਂ ਰਿਹਾ ਪਾਕਿਸਤਾਨ ਪਹਿਲਾਂ ਵੀ ਬਟ ਦਿਸ ਇਜ਼ ਮਾਈ ਫਸਟ ਇਨ ਟੱਚ ਵਿਦ ਸਮ ਡੈਂਟਿਸਟ ਸੋ ਹੋਪਫੁਲੀ ਵੀ ਕੈਨ ਡੂ ਸਮਥਿੰਗ ਥੈਂਕ ਯੂ ਸਰ ਥੈਂਕ ਯੂ ਫੋਰ ਯੋਰ ਟਾਈਮ ਟੁਡੇ ਥੈਂਕ ਯੂ ਥੈਂਕ ਯੂ